ਇੱਕ ਮੈਂ ਇੱਥੇ ਛੋਟੀ ਜੀ ਗੱਲ ਕਈਆਂ ਦੇ ਮਨ 'ਚ ਭਲੇਖਾ ਕਿ ਸ਼ਾਇਦ ਤਸ਼ੱਦਦ ਨੂੰ ਇਨਸਾਫ਼ ਲੈਣ ਵਾਸਤੇ ਨਹੀਂ ਬਿਲਕੁਲ ਤਸ਼ੱਦਦ ਦਾ ਇਨਸਾਫ਼ ਖਾਲਸਾ ਪੰਥ ਲੈ ਲੇਗਾ ਹੂੰ ਬਹੁਤੇ ਲੋਕਾਂ ਦੇ ਮਨ 'ਚ ਇਹ ਚੱਲ ਰਿਹਾ ਸੀ ਕਲੀਅਰ ਕਰ ਦਿਓ ਤਸ਼ੱਦਦ ਦਾ ਇਨਸਾਫ਼ ਖਾਲਸਾ ਪੰਥ ਲੈ ਲੇਗਾ ਕੋਈ ਗੱਲ ਨਹੀਂ ਅਸੀਂ ਤਾਂ ਓਨੀ ਗੱਲ ਦਾ ਇਨਸਾਫ਼ ਲੈਣਾ ਜਿੰਨੀ ਗੱਲ ਇਹਨਾਂ ਨੇ ਪ੍ਰਧਾਨ ਨੇ ਕਹੀ ਹੋਈ ਆ ਵੀ ਦੋਸ਼ੀਆਂ ਤੇ ਪਰਚੇ ਠੀਕ ਹੈ ਜੀ ਉਹ 328 ਰੂਪ ਸੱਚੇ ਪਾਤਸ਼ਾਹ ਦੇ ਪਰਚੇ ਜਿਹੜੇ ਲੋਕਾਂ ਨੇ ਇਹ ਗੱਲ ਕੀਤੀ ਉਹਨਾਂ ਤੇ ਪਰਚੇ ਤੇ ਦੂਜਾ ਗਿਆ ਕਿੱਥੇ ਇਹ ਸੰਕਟਾਂ ਦੇ ਸਾਹਮਣੇ ਕਲੀਅਰ ਕਰਨ ਤੇ ਜਿਹੜਾ ਤਸ਼ੱਦਦ ਦਾ ਇਨਸਾਫ ਆ ਉਹ ਖਾਲਸਾ ਫੰਥ ਲੈ ਲੇਗਾ ਉਹ ਆਪਣਾ ਹਥੀ ਆਪਣਾ ਆਪੇ ਕਾਸ਼ਵਾਰੀਏ ਸਾਨੂੰ ਸਵਰਨ ਆਉਂਦਾ ਆ ਸੋ ਇਸ ਕਰਕੇ ਜਿਹੜਾ ਰੋਸ ਮਾਰਚ ਹੈਗਾ ਆ ਉਹ ਭੰਡਾਰੀ ਪੁਲ ਤੋਂ 4 ਨਵੰਬਰ ਦਿਨ ਸ਼ੁੱਕਰਵਾਰ ਨੂੰ ਜੀ ਸਟਾਰਟ ਹੋਣਾ ਆ ਆਰੰਭ ਹੋਣਾ ਆ ਤੇ ਆਪਣਾ ਹਾਲ ਗੇਟ ਥਾਣੀ ਹੁੰਦਾ ਹੋਇਆ ਅਕਾਲ ਤਖਤ ਸਾਹਿਬ ਤੇ ਅਰਦਾਸ ਦੀ ਨਾਲ ਸਮਾਪਤੀ ਕੀਤੀ ਜਾਣੀ ਆ ਉਨਾਤੇ ਕਾਰਵਾਈ ਹੋ ਜਾਂਦੀ ਸੇਵਾਦਾਰਾਂ ਦੇ ਪਰਚਾ ਹੋ ਜਾਂਦਾ ਇੱਥੋਂ ਤੱਕ ਸਿਮਟ ਕੇ ਰਹੇਗਾ ਜਾਂ ਤਪਤੀਸ਼ ਦੀ ਵੀ ਨਾਲ ਗਲਬਤ ਚੱਲੇਗੀ ਉਹ ਸਰੂਪ ਗਏ ਤੇ ਗਏ ਕਿੱਥੇ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕਾ ਕਿ ਇਹ ਇਕੱਲਾ ਪਰਚੇ ਨਾਲ ਢਿੱਡ ਨਹੀਂ ਪਰਣਾ ਇਹ ਦੱਸਣਾ ਪੈਣਾ ਕਿ ਕਿਹਦੇ ਕਹਿਣ ਦੇ ਉੱਤੇ ਕਿਹਨੂੰ ਦਿੱਤੇ ਤੇ ਕਿਉਂ ਦਿੱਤੇ ਇਸੇ ਕਰਕੇ ਮੋਰਚਾ ਲੱਗਿਆ ਜੀ ਅਸਲ ਦੇ ਵਿੱਚ ਬਹੁਤ ਹੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜੇ ਸਾਡੇ ਵਿਰੋਧੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕੀਤੀ ਹੈ ਤੇ ਅਸੀਂ ਆਪਣੇ ਵਿਰੋਧੀ ਤੇ ਆਪਣੇ ਦੁਸ਼ਮਣ ਸਮਝਦੇ ਰਹੇ ਪਰ ਅਫਸੋਸ ਤੇ ਸਭ ਤੋਂ ਵੱਡਾ ਦੁੱਖ ਉਸ ਟਾਈਮ ਲੱਗਾ ਜਦੋਂ ਸ਼ਰੋਮਣੀ ਕਮੇਟੀ ਨੇ 328 ਸਰੂਪ ਪਤਾ ਨਹੀਂ ਕਿਸੇ ਆਰਐਸਐਸ ਦੇ ਡੇਰੇ ਨੂੰ ਦਿੱਤੇ ਆ ਪਤਾ ਨਹੀਂ ਕਿਸ ਜਗ੍ਹਾ ਤੇ ਲੈ ਗਏ ਕੀ ਕਰ ਰਹੇ ਨੇ ਉਹ ਬਹੁਤ ਵੱਡੇ ਦੁੱਖ ਦੀ ਗੱਲ ਆ ਕਿ 328 ਸਰੂਪ ਸਾਨੂੰ ਅੱਜ ਤੱਕ ਪਤਾ ਨਹੀਂ ਲੱਗ ਰਿਹਾ ਕਿੱਥੇ ਆ ਇਹ 328 ਸਰੂਪਾਂ ਦਾ ਪੁੱਛਣ ਵਾਸਤੇ ਸ਼ਰੋਮਣੀ ਕਮੇਟੀ ਨੂੰ ਕਿਹਨੇ ਦਿੱਤੇ ਆ ਕਿਉਂ ਦਿੱਤੇ ਆ ਤੇ ਕਿਵੇਂ ਦਿੱਤੇ ਆ ਇਹਨਾਂ ਦੀ ਜਿਹੜੀ 328 ਸਰੂਪਾਂ ਦੀ ਨਿਰਾਦਰੀ ਕਿਸ ਦੇ ਇਸ਼ਾਰੇ ਤੇ ਹੋਈ ਆ ਉਹ ਪੁੱਛਣ ਦਾ ਯਤਨ ਕਰਾਂਗੇ ਤੇ ਉਹ 4 ਨਵੰਬਰ 10 ਵਜੇ ਭੰਡਾਰੀ ਪੁਲ ਤੋਂ ਅਕਾਲ ਤਖਤ ਸਰ ਜਿਹੜਾ ਰੋਸ ਮਾਰਚ ਆ ਇਸ ਰੋਮਣੀ ਕਮੇਟੀ ਦੇ ਵਿਰੁੱਧ ਆ ਤੇ ਪੂਰੇ ਖਾਲਸਾ ਪੰਥ ਦਾ ਰੋਸ ਹੈ ਕਿ ਇਸ ਰੋਮਣੀ ਕਮੇਟੀ ਨੂੰ ਦੱਸ ਦੇਣਾ ਚਾਹੀਦਾ ਕਿ ਐਡੀ ਵੱਡੀ ਨਰਾਦਰੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਖੁਦ ਹੀ ਕਿਉਂ ਕੀਤੀ ਆ ਅਜ ਅਕਾਲ ਤਖਤ ਦਾ ਜਥੇਦਾਰ ਵੀ ਚੁੱਪਾ ਪੰਥਕ ਲੀਡਰ ਵੀ ਚੁੱਪਾ ਜੇ ਹੋਰ ਕੋਈ ਨਰਾਦਰੀ ਕਰਦਾ ਸ਼ਾਇਦ ਸਹਿਣ ਹੋ ਜਾਂਦਾ ਪਰ ਜਦੋਂ ਸਾਡੇ ਠੇਕੇਦਾਰਾਂ ਨੇ ਕੀਤੀ ਹੈ ਸਾਡੀ ਬਰਦਾਸ਼ਤ ਤੋਂ ਬਾਹਰ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਗੁਰਬਾਨੀਆਂ ਖੰਡਬਾਨੀ ਚੈਨਲ ਮੈਂ ਹਾਂ ਸੁਖਵੰਤ ਸਿੰਘ ਮਖੂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਅੱਜ ਤੋਂ 2 ਸਾਲ ਪਹਿਲਾਂ ਕਰੀਬ 328 ਸਰੂਪ ਖੁਰਦ-ਬੁਰਦ ਕਰ ਦਿੱਤੇ ਜਾਂਦੇ ਆ ਪਤਾ ਨਹੀਂ ਕਿਸ ਜਗ੍ਹਾ ਤੇ ਪਹਚਾ ਦੇ ਦਿੱਤੇ ਜਾਂਦੇ ਆ ਐਸਜੀਪੀਸੀ ਵੱਲੋਂ ਪਰ ਉਸ ਵਕਤ ਦੇ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਕਿਹਾ ਜਾਂਦਾ ਵੀ ਸਾਡੇ ਸੇਵਾਦਾਰਾਂ ਵੱਲੋਂ ਹੀ ਕਿਤੇ ਨਾ ਕਿਤੇ ਗੁਨਾਹੀ ਕੀਤੀ ਗਈ ਹੈ, ਕੁਤਾਹੀ ਕੀਤੀ ਗਈ ਹੈ, ਪੈਸੇ ਦੇ ਲਾਲਚ ਦੇ ਅਧੀਨ ਦੇ ਵਿੱਚ ਉਹਨਾਂ ਨੇ ਪਵਿੱਤਰ ਸਰੂਪ ਜਿਹੜੇ ਆ ਉਹ ਕਿਸੇ ਨੂੰ ਦੇ ਦਿੱਤੇ ਆ ਪਰ ਉਹਨਾਂ ਦਾ ਲੇਖਾ ਜੋਖਾ ਅੱਜ ਤੱਕ ਨਹੀਂ। ਉਸ ਵਕਤ 328 ਸਰੂਪਾਂ ਦਾ ਹਿਸਾਬ ਲੈਣ ਵਾਸਤੇ ਜਥੇਬੰਦੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੋਰਚਾ ਲਾਇਆ ਵੀ ਅਸਲ ਦੇ ਵਿੱਚ ਪਤਾ ਕਰੋ, ਤਪਤੀਸ਼ ਕਰੋ ਵੀ ਪਾਵਨ ਸਰੂਪ ਗਏ ਕਿੱਥੇ ਨੇ। ਤੇ ਉਹਦਾ ਕਿਤੇ ਵੀ ਜਿਹੜਾ ਹੱਲ ਅਜੇ ਤੱਕ ਵੀ ਨਹੀਂ ਨਿਕਲਿਆ ਜੇ ਗੱਲ ਕਰੀਏ ਸਿੰਘ ਬੈਠੇ ਸਨ ਹਿਸਾਬ ਲੈਣ ਵਾਸਤੇ ਪੁੱਛਣ ਵਾਸਤੇ ਅੰਨਾ ਤਸ਼ੱਦਦ ਕੀਤਾ ਗਿਆ ਅੱਜ ਵੀ ਵੀਡੀਓ ਸੋਸ਼ਲ ਮੀਡੀਆ ਤੇ ਨੇ ਮੈਨੂੰ ਲੱਗਦਾ ਵੀ 4 ਤਰੀਕ ਨੂੰ ਉਹ ਵੀਡੀਓ ਪੁਰਾਣੀਆਂ 2 ਸਾਲ ਪੁਰਾਣੀਆਂ ਵੀਡੀਓਜ਼ ਜਿਹੜੀਆਂ ਨੇ ਦੁਬਾਰਤੋਂ ਫਿਰ ਸੁਰਜੀਤ ਹੋ ਜਾਣਗੀਆਂ ਭਾਵਕੇ ਨਵੀਆਂ ਆ ਜਾਣਗੀਆਂ ਸਕਰੀਨ ਦੇ ਤੁਹਾਡੇ ਸਾਹਮਣੇ ਵੀ ਕਿਵੇਂ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਅੰਨੇ ਵਾ ਤਸ਼ੱਦਦ ਕੀਤਾ ਤੇ ਬਹੁਤ ਪਹਿਣਾ ਦੇ ਉੱਪਰ ਉਹਨਾਂ ਨੇ ਤਸ਼ੱਦਦ ਕੀਤਾ ਕੇਸਾਂ ਦੀ ਬੇਅਦਬੀ ਕੀਤੀ ਇਥੋਂ ਤੱਕ ਵੀ ਜਿਹੜੇ ਸਿੰਘ ਬੈਠੇ ਸਨ ਉਹਨਾਂ ਦੇ ਗੁੱਟ ਤੱਕ ਤੋੜ ਦਿੱਤੇ ਗਏ ਤੇ ਉਹਨਾਂ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰ ਰਹੇ ਸੀ ਇਨਸਾਫ ਮੰਗਣ ਵਾਸਤੇ ਆਗੂ ਦੇ ਰੂਪ ਦੇ ਵਿੱਚ ਸੇਵਾ ਨਿਭਾਰੇ ਸੀ ਭਾਈ ਸੁਖਜੀਤ ਸਿੰਘ ਜੀ ਖੋਸਾ ਹੁਣ 4 ਤਰੀਕ ਆ ਰਹੀ ਹੈ 4 ਤਰੀਕ ਨੂੰ ਕੀ ਕੁਝ ਨਵਾਂ ਹੋਣ ਜਾ ਰਿਹਾ ਸਾਰਾ ਕੁਝ ਜਾਣਨ ਦਾ ਸੀ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਸਾਰੇ ਸਿੰਘਾਂ ਦੇ ਨਾਲ ਅਸੀਂ ਫਤੇ ਦੀ ਸਾਂਝ ਪਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸੂ ਜੀ ਸਿੰਘ ਜੀ ਤੁਸੀਂ ਪਿੰਡ-ਪਿੰਡ ਜਾ ਰਹੇ ਹੋ ਸਿੰਘਾਂ ਦੇ ਨਾਲ ਮੀਟਿੰਗਾਂ ਕਰ ਰਹੇ ਹੋ ਆਪਣੇ ਕਾਉਂਟ ਤੋਂ ਫੋਟੋਆਂ ਵੀ ਤੁਸੀਂ ਜਿੰਨਾਂ ਜਿੰਨਾ ਸ਼ਖਸੀਅਤਾਂ ਨੂੰ ਮਿਲ ਰਹੇ ਹੋ ਪਾ ਰਹੇ ਹੋ ਪਾਈਬਲਦੇਵ ਸਿੰਘ ਵਿਡਾਲੇ ਦੀ ਗੱਲ ਕਰੀਏ ਤੁਸੀਂ ਆਪਣੇ ਕਾਉਂਟ ਤੇ ਹਾਂਜੀ ਉਹ ਜਿਹੜੀਆਂ ਨੇ ਫੋਟੋਆਂ ਵੀ ਜਨਤਕ ਕੀਤੀਆਂ ਨੇ 4 ਤਰੀਕ ਨੂੰ ਕੀ ਕੁਝ ਅਜਿਹਾ ਹੋਣ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਰੂਪ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜੀ ਜਿਹਦਾ ਜਿਹਦੇ ਵਾਸਤੇ ਸਿੱਖ ਦਾ ਸਿਰ ਝੁਕਦਾ ਆ ਗੁਰਬਾਣੀ ਤੋਂ ਬਿਨਾ ਸਿੱਖ ਨੂੰ ਅਜਾੜ ਆ ਤੇ ਅਸੀਂ 2015 ਦੀਆਂ ਵਿਦਵੀਆਂ ਦੀ ਗੱਲ ਕਰਦੇ ਸੀਗੇ ਜਿਹੜੀਆਂ ਬਾਈਬਲ ਬਰਗਾੜੀ ਵਿੱਚ ਟਾਰਗੇਟ ਕਿਲਿੰਗ ਵਾਂਗੂ ਜਿੱਦਾਂ ਕਿਸੇ ਦਾ ਕਤਲ ਕੀਤਾ ਜਾਂਦਾ ਇਦਾਂ ਸਤਿਗੁਰ ਪਾਤਸ਼ਾਹ ਦੇ ਨਾਲ ਵਧੀਕੀਆਂ ਹੋਈਆਂ ਜਿਹੜਾ ਹਰ ਅਖ ਨਾਮ ਹੋਈ ਉਸ ਤੋਂ ਪਰંત ਉਹਨਾਂ ਦਿਨਾਂ ਵਿੱਚ ਹੀ ਗੁਰਦੁਆਰਾ ਰਾਮ ਸਰ ਸਾਹਿਬ ਵਿੱਚ ਅੱਗ ਦੀ ਘਟਨਾ ਵਾਪਰਦੀ ਆ ਮੰਦ ਭਾਗੀ ਉਹਦੇ ਵਿੱਚ ਕੋਈ 4 ਕਹਿੰਦਾ ਕੋਈ 7 ਕਹਿੰਦਾ ਕੋਈ 80 ਕਹਿੰਦਾ ਕੋਈ ਕੁਝ ਕਹਿੰਦਾ ਇਹ ਇੱਕ ਤਰ੍ਹਾਂ ਦਾ ਬਹੁਤ ਵੱਡਾ ਭੁਲੇਖਾ ਸੀਗਾ ਅਕਲ ਤੱਕ ਸਭ ਤੋਂ ਇੱਕ ਟੀਮ ਬਣਦੀ ਆ ਜਿਹਦੇ ਹੈੱਡ ਐਡਵੋਕੇਟ ਇਸ਼ਰ ਸਿੰਘ ਆ ਉਹ ਇੱਕ ਫਿਗਰ ਕੱਢ ਕੇ ਲੈਂਦੇ ਆ ਜਿਹਦੇ ਵਿੱਚ 328 ਰੂਪ ਜਿਹੜੇ ਮਿਸ ਹੁੰਦੇ ਆ ਰਿਕਾਰਡ ਵਿੱਚੋਂ ਹੁਣ ਜੇ ਤਾਂ ਕੋਈ ਮੈਸ ਸ਼ਬਦ ਵਿੱਚ ਵਰਤ ਲਿਆ ਜੇ ਤਾਂ ਕੋਈ ਚੀਜ਼ ਹੋਵੇ ਤੇ ਉਹਨੂੰ ਆਪਾਂ ਮਿਸ ਕਹਿ ਸਕਦੇ ਹਾਂ ਪਰੰਤੂ ਸਤਿਗੁਰ ਪਾਤਸ਼ਾਹ ਦੇ ਨਾਲੇ ਜਿਹੜੀ ਵਿਧੀਕੀ ਆ ਇਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਇਹ ਵਿਦਵੀ ਦਾ ਮਾਮਲਾ ਵੀ ਆ ਇਹ ਹਿਰਾਫੇਰੀ ਦਾ ਮਾਮਲਾ ਵੀ ਆ ਤਾਂ ਇਸ ਕਰਕੇ ਉਹ ਕਿੱਥੇ ਨੇ ਗੁਰੂ ਸਾਹਿਬ ਦੇ ਸਰੂਪ ਕਿਹਨੂੰ ਦਿੱਤੇ ਕੀ ਦੇ ਕਹਿਣ ਤੇ ਦਿੱਤੇ ਤੇ ਕਿੱਥੇ ਦਿੱਤੇ ਇਹ ਸਵਾਲ ਪਹੇਲੀ ਬਣਿਆ ਹੋਇਆ ਆ ਜਿਹੜੇ ਬੰਦਿਆਂ ਕੋਲ ਇਹ ਕਿਤਾਈ ਹੋਈ ਆ ਜਿਨ੍ਹਾਂ ਨੇ ਕੀਤੀ ਆ ਉਦੋਂ ਦੇ ਜਿਹੜੇ ਪ੍ਰਧਾਨ ਸਾਹਿਬ ਸੀਗੇ ਉਹਨਾਂ ਨੇ ਕਿਹਾ ਸੀਗਾ ਪ੍ਰੈਸ ਕਾਨਫਰੰਸ ਕਰਕੇ ਕਿ ਇਹਨਾਂ ਤੇ ਫੌਜਦਾਰੀ ਮਕਦਮਾ ਦਰਜ ਕੀਤਾ ਜਾਊਗਾ। ਪਰੰਤੂ 8ਵੇਂ ਦਿਨ ਆਪਣੇ ਅਕਾਵਾਂ ਦੇ ਦਵਾ ਥੱਲੇ ਆ ਕੇ ਆਪਣੇ ਹੀ ਬਿਆਨਾਂ ਤੋਂ ਬਦਲ ਜਾਂਦੇ ਆ, ਭਾਬ ਥੁੱਕ ਕੇ ਛੱਟ ਲੈਂਦੇ ਆ ਪ੍ਰੈਸ ਜਿਹੜੀ ਫੌਜਦਾਰੀ ਮਕਦਮਾ ਉਹ ਤੋਂ ਮੁੱਕਰ ਜਾਂਦੇ ਆ। ਮੋਰਚਾ ਲੱਗਦਾ 4 ਸਤੰਬਰ ਨੂੰ ਇੱਕ ਦਿਨ ਦਾ, 4 ਸਤੰਬਰ ਤੋਂ ਬਾਅਦ 10 ਤਰੀਕ ਦੀ ਮੀਟਿੰਗ ਰੱਖੀ ਜਾਂਦੀ ਆ। ਅ ਸੁਲਤਾਨਵਿੰਡ ਸਾਹਿਬ ਗੁਰਦੁਆਰੇ। ਪਰੰਤੂ ਉਪਰੰਤ 14 ਸਤੰਬਰ ਤੋਂ ਪੱਕਾ ਮੋਰਚਾ ਲੱਗਦਾ 23 ਅਕਤੂਬਰ ਤੱਕ ਬੜਾ ਵਧੀਆ ਪੀਸਫੁਲੀ ਚੱਲਦਾ 24 ਅਕਤੂਬਰ ਸਵੇਰੇ 11 ਵਜੇ ਡੰਡੇ ਦੇ ਜ਼ੋਰ ਨਾਲ ਡਾਂਗ ਦੇ ਜ਼ੋਰ ਨਾਲ ਸਿੱਖਾਂ ਨੂੰ ਕੁੱਟਿਆ ਜਾਂਦਾ ਦਸਤਾਰਾਂ ਦੀ ਬੇਦਬੀ ਕਕਾਰਾਂ ਦੀ ਬੇਦਬੀ ਕਿਸੇ ਦਾ ਗੁੱਟ ਵੱਢਦਾ ਕਿਸੇ ਦਾ ਹੱਥ ਵੱਢਦਾ ਕਿਸੇ ਦੀ ਲੱਤ ਵੱਢਦੀ ਕਿਸੇ ਦੀ ਬਾਹ ਤੋੜਦੀ ਕਿਸੇ ਨੂੰ ਕਿਸੇ ਤਰ੍ਹਾਂ ਭਾਵ ਕੇ ਖੁੰਡਾ ਪੁੰਡਾ ਦਿੱਤਾ ਜਾਂਦਾ ਸਿੰਘ ਹਸਪਤਾਲਾਂ ਚ ਚਲੇ ਜਾਂਦੇ ਆ ਬਲਦੇਵ ਸਿੰਘ ਵਡਾਲਾ ਜੀ 4 ਨਵੰਬਰ ਨੂੰ ਫੇਰ ਉਹ ਮੋਰਚਾ ਗੁਲਿਆਰੇ ਵਿੱਚ ਲਾ ਲੈਂਦੇ ਆ ਪਰੰਤੂ ਅਫਸੋਰਸ 2 ਸਾਲ ਬੀਤ ਗਏ 4 ਨਵੰਬਰ ਨੂੰ 2 ਸਾਲ ਹੋ ਜਾਣੇ ਦੁਆਰਾ ਮੋਰਚੇ ਲੱਗੇ ਨੂੰ ਪਰੰਤੂ ਇਨਸਾਫ ਅਜੇ ਤੱਕ ਨਹੀਂ ਇਨਸਾਫ ਦੀ ਕਵਾਇਦ ਨੂੰ ਇਨਸਾਫ ਦੀ ਆਵਾਜ਼ ਨੂੰ ਤੇਜ ਕਰਨ ਵਾਸਤੇ ਕਿਉਂਕਿ ਇੱਕ ਮੈਂ ਇੱਥੇ ਛੋਟੀ ਜੀ ਗੱਲ ਕਈਆਂ ਦੇ ਮਨ ਚ ਭਲੇਖਾ ਕੇ ਸ਼ਾਇਦ ਤਸ਼ੱਦਦ ਨੂੰ ਇਨਸਾਫ ਲੈਣ ਵਾਸਤੇ ਨਹੀਂ ਤਸ਼ੱਦਦ ਦਾ ਇਨਸਾਫ ਖਾਲਸਾ ਪੰਥ ਲੈ ਲੇਗਾ ਬਹੁਤ ਲੋਕਾਂ ਦੇ ਮਨ ਚ ਚੱਲ ਰਿਹਾ ਸੀ ਕਲੀਅਰ ਕਰ ਦਿਓ ਤਸ਼ੱਦਦ ਦਾ ਇਨਸਾਫ ਖਾਲਸਾ ਪੰਥ ਲੈ ਲੇਗਾ ਕੋਈ ਗੱਲ ਨਹੀਂ ਅਸੀਂ ਤਾਂ ਓਨੀ ਗੱਲ ਦਾ ਇਨਸਾਫ ਲੈਣਾ ਜਿੰਨੀ ਗੱਲ ਇਹਨਾਂ ਨੇ ਪ੍ਰਧਾਨ ਨੇ ਕਹੀ ਹੋਈ ਆ ਵੀ ਦੋਸ਼ੀਆਂ ਤੇ ਪਰਚੇ ਠੀਕ ਹੈ ਉਹ 328 ਰੂਪ ਸੱਚੇ ਪਾਤਸ਼ਾਹ ਦੇ ਪਰਚੇ ਜਿਹੜੇ ਲੋਕਾਂ ਨੇ ਇਹ ਗੱਲ ਕੀਤੀ ਉਹਨਾਂ ਤੇ ਪਰਚੇ ਤੇ ਦੂਜਾ ਗਿਆ ਕਿੱਥੇ ਇਹ ਸੰਗਤਾਂ ਦੇ ਸਾਹਮਣੇ ਕਲੀਅਰ ਕਰਨ ਤੇ ਜਿਹੜਾ ਤਸ਼ੱਦਦ ਦਾ ਇਨਸਾਫ ਆ ਉਹ ਖਾਲਸਾ ਪੰਥ ਲੈ ਲੇਗਾ ਉਹ ਆਪਣਾ ਹਥੀ ਆਪਣਾ ਆਪਣੇ ਕਾਸ਼ਵਾਰੀਏ ਸਾਨੂੰ ਸਵਾਰਨ ਆਉਂਦਾ ਆ ਸੋ ਇਸ ਕਰਕੇ ਜਿਹੜਾ ਰੋਸ ਮਾਰਚ ਹੈਗਾ ਆ ਉਹ ਭੰਡਾਰੀਪੁਰ ਤੋਂ 4 ਨਵੰਬਰ ਦਿਨ ਸ਼ੁੱਕਰਵਾਰ ਨੂੰ ਜੀ ਸਟਾਰਟ ਹੋਣਾ ਆ ਆਰੰਭ ਹੋਣਾ ਆ ਤੇ ਆਪਣਾ ਹਾਲ ਗੇਟ ਸਾਣੀ ਹੁੰਦਾ ਹੋਇਆ ਅਕਾਲ ਤਖਤ ਸਾਹਿਬ ਤੇ ਅਰਦਾਸ ਦੀ ਨਾਲ ਸਮਾਪਤੀ ਕੀਤੀ ਜਾਣੀ ਆ ਸੋ ਇਸ ਕਰਕੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਪਿੰਡਾਂ ਪਿੰਡਾਂ ਚ ਅੱਜ ਮਨਸੂਰ ਦੇਵਾ ਦੇ ਸਤਿਕਾਰਯੋਗ ਸਰਪੰਚ ਸਾਹਿਬ ਪਾਈ ਪਰਮਜੀਤ ਸਿੰਘ ਨਿਹੰਗ ਸਿੰਘ ਫੌਜਾਂ ਪ੍ਰਧਾਨ ਸਾਹਿਬ ਸਾਡੇ ਗੁਰਪਖ ਸਿੰਘ ਮਰੋੜ ਜੀ ਹੋਰ ਨੌਜਵਾਨ ਵੀਰ ਸਾਰੇ ਇੱਥੇ ਅੱਜ ਇੱਕ ਮੀਟਿੰਗ ਕੀਤੀ ਗਈ ਆ ਤੇ ਇਹਨਾਂ ਵੀਰਾਂ ਨੂੰ ਜੋਦੜੀ ਕੀਤੀ ਬੇਨਤੀ ਕੀਤੀ ਹੈ ਕਿ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਸਾਂਝਾ ਕਾਰਜ ਆਪਾਂ ਸਾਰੇ ਜਾਣੇ ਉਹ ਦੁਸ਼ਟ ਲੋਕਾਂ ਦੀ ਬਾਹ ਮਰੋੜੀਏ ਸ਼ਾਂਤਮਈ ਤਰੀਕੇ ਦੇ ਨਾਲ ਤੋਂ ਸ਼ਾਂਤਮਈ ਤਰੀਕੇ ਦੇ ਨਾਲ ਪਾਈਬਲਦੇਵ ਸਿੰਘ ਬਡਾਲਾ ਵੀ 2 ਸਾਲ ਤਾਂ ਹੋ ਗਏ ਨਾ ਬਿਲਕੁਲ ਦੇਖੋ ਪਤਾ ਕੀ ਆ ਕਹਿੰਦੇ ਹੁੰਦੇ ਆ ਕਿ ਹਰ ਹਿੱਲਾ ਵਰਤ ਲੋ ਆਪਾਂ ਵਰਤ ਰਿਆਂ ਨਾ ਜੀ ਆਪਾਂ ਨੂੰ ਸ਼ਰਾਰਤੀ ਅਨਸਰ ਦੀ ਆਪਾਦੀ ਦਿੰਦੇ ਨੇ ਲੋਕ ਪਰ ਅਸੀਂ ਆਪਣੇ ਪਿੰਡੇ ਦੇ ਉੱਤੇ ਤਸ਼ੱਦਦ ਸਹਿ ਕੇ ਇਹ ਸਾਬਤ ਕਰਨ ਵਿੱਚ ਕਾਮਯਾਬ ਰਹੇ ਹਾਂ ਕਿ ਸ਼ਰਾਰਤੀ ਲੋਕ ਉਹ ਨੇ ਕਿਸੇ ਨੂੰ ਜਾ ਕੇ ਪੁੱਛੋ ਵੀ ਸ਼ਰਾਰਤੀ ਕੌਣ ਸੀ ਟੈਕਸ ਫੋਰਸ ਜਾਂ ਆਮ ਸਿੱਖ ਕੁਝ ਗੱਲਾਂ ਸਰਦਾਰ ਸਾਹਿਬ ਇਤਿਹਾਸ ਬਦਲਣ ਵਾਸਤੇ ਕਰਨੀਆਂ ਪੈਂਦੀਆਂ ਨੇ ਗੁਰੂ ਅਰਜਨ ਸਾਹਿਬ ਕੋਲ ਕਿਤੇ ਪਾਵਰ ਨਹੀਂ ਸੀ ਤਤੀ ਤਵੀ ਤੇ ਕਿਉਂ ਬੈਠ ਗਏ ਚਲੋ ਲੰਬਾ ਹੋ ਜਾਵੇਗੀ ਗੱਲ ਸੋ ਇਸ ਕਰਕੇ ਆਪਣਾ ਅੱਜ ਦਾ ਇੱਥੇ ਆਉਣ ਦਾ ਇੱਕੋ ਇੱਕ ਮਕਸਦ ਆ ਕਿ ਉਸ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇ ਤੇਜ ਕੀਤਾ ਜਾਵੇ ਤੁਹਾਡੇ ਰਾਂ ਹੀ ਜਿੰਨੇ ਹੋਰ ਵੀ ਲੋਕ ਸੁਣਦੇ ਹੈਗੀਆਂ ਸੰਗਤਾਂ ਸੁਣਦੀਆਂ ਹੈਗੀਆਂ ਉਹਨਾਂ ਨੂੰ ਵੀ ਬੇਨਤੀ ਆ ਕਿ 4 ਨਵੰਬਰ ਦਿਨ ਸ਼ੁੱਕਰਵਾਰ ਨੂੰ ਆਪਾਂ ਭੰਡਾਰੀ ਪੁਲ ਪਹੁੰਚਣਾ ਸਵੇਰੇ 10 ਵਜੇ ਸਵੇਰੇ 10 ਵਜੇ ਜੀ ਜੀ ਇਸ ਤੋਂ ਬਾਅਦ ਦੇ ਵਿੱਚ ਕੋਈ ਪਲਾਨ ਹੋਏਗਾ ਉੱਥੇ ਕਿਉਂਕਿ ਸਾਰੀ ਕੌਮ ਦੇ ਆਗੂ ਸਹਿਬਾਨ ਇਕੱਠੇ ਹੋਣਗੇ ਸਾਰੀ ਜਥੇਬੰਦੀਆਂ ਤੁਸੀਂ ਸੱਦਾ ਦਿੱਤਾ ਉੱਥੇ ਪਹੁੰਚਣਗੇ ਕੋ ਉੱਥੇ ਐਸਾ ਕੋਈ ਗੁਰਮਤਾ ਹੋਏਗਾ ਵੀ 4 ਨਵੰਬਰ ਤੋਂ ਬਾਅਦ ਦੇ ਵਿੱਚ ਕੋਈ ਸੰਘਰਸ਼ ਜਤ ਜਿਸ ਤਰੀਕੇ ਨਾਲ ਗਲਿਆਰੇ ਵਿੱਚ ਮੋਰਚਾ ਲੱਗਾ ਉਹਨੂੰ ਥੋੜਾ ਜਿਹਾ ਵੱਡਾ ਰੂਪ ਦਿੱਤਾ ਜਾਏ ਜਾਂ ਆਉਣ ਵਾਲੇ ਕੋਈ ਅਗਲਾ ਕਦਮ ਕੀ ਕੋਈ ਪੁੱਟਿਆ ਜਾਏਗਾ ਜਾਂ ਇੱਥੇ ਸਮਾਪਤੀ ਹੋ ਜਾਏਗੀ ਅਰਦਾਸ ਤੋਂ ਬਾਅਦ ਦੇ ਵਿੱਚ ਦੇਖੋ ਜੀ ਕਦਮ ਪੁੱਟਣ ਵਾਸਤੇ ਹੀ ਗੱਲ ਕੀਤੀ ਜਾ ਰਹੀ ਹੈ ਕੀ ਪੁੱਟਿਆ ਜਾਵੇਗਾ ਇਹ ਦੱਸਿਆ ਨਹੀਂ ਜਾ ਸਕਦਾ ਕੀ ਕਰਨਾ ਕਿਉਂਕਿ ਅ ਪਿੰਡ ਵੱਜਣ ਤੋਂ ਪਹਿਲਾਂ ਕੁਝ ਕਹਿਣਾ ਨਾ ਮੁਮਕਨ ਹੈ ਤੇ ਜਿਹੜੀ ਮੋਰਚੇ ਦੀ ਗੱਲ ਆ ਉਹ ਚਲਾ ਹੀ ਰਹੇ ਨੇ ਤੇ ਉਹਨੂੰ ਬਲ ਦੇਣ ਵਾਸਤੇ ਉਹਨੂੰ ਤਿੱਖਿਆ ਕਰਨ ਵਾਸਤੇ ਇਹ ਰੋਸ ਮਾਰਚ ਦੀ ਜਿਹੜੀ ਕਾਇਦ ਕੀਤੀ ਜਾਣੀ ਆ ਤੇ ਇਹ ਸਰਕਾਰਾਂ ਜਾਂ ਜਿਹੜੇ ਐ ਐਸਜੀਪੀਸੀ ਦੇ ਉੱਥੇ ਪ੍ਰਬੰਧ ਨੂੰ ਚਲਾ ਲੈ ਆ ਲੋਕ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਆ ਬਾਕੀ ਉਹ ਦਿਨ ਦਾ ਜਿਹੜਾ ਮੋਰਚੇ ਤੋਂ ਬਾਅਦ ਅਗਲੀ ਸਟੇਟਮੈਂਟ ਤੇ ਦਿੱਤੀ ਜਾਵੇ ਤੇ ਚੰਗੀ ਰਹੇਗੀ ਐਸਜੀਪੀਸੀ ਦਾ 32800 ਰੁਪਿਆਂ ਦਾ ਹਿਸਾਬ ਕਿਤਾਬ ਦੇ ਕੇ ਹੀ ਖੜਾ ਛੁੱਟੇਗਾ ਬਿਲਕੁਲ ਉਹਨਾਂ ਨੂੰ ਕਰਨੀ ਪਊਗੀ ਜੀ ਕਰਨੀ ਪਊਗੀ ਇਹ ਗੱਲ ਕਿਉਂਕਿ ਉਹ ਪੋਲੀਟੀਕਲ ਲੋਕਾਂ ਦੇ ਦਬਾਅ ਥੱਲੇ ਆ ਪਰ ਉਹਨਾਂ ਨੂੰ ਕੰਧ ਤੇ ਲਿਖਿਆ ਸੱਚ ਪੜ ਲੈਣਾ ਚਾਹੀਦਾ ਜੇ 32800 ਰੁਪਿਆ ਦਾ ਹਿਸਾਬ ਨਹੀਂ ਦਿੱਤਾ ਤੇ ਤੇ ਐਂ ਹੀ ਪੱਲੇ ਰਹਿ ਗਿਆ ਇਕੱਲਾ ਉਹਨਾਂ ਦੇ ਬਾਕੀ ਸਭ ਕੁਝ ਉੱਡ ਗਿਆ ਕਿ ਉਹਨਾਂ ਤੇ ਕਾਰਵਾਈ ਹੋ ਜਾਂਦੀ ਸੇਵਾਦਾਰਾਂ ਤੇ ਪਰਚਾ ਹੋ ਜਾਂਦਾ ਇੱਥੋਂ ਤੱਕ ਸਿਮਟ ਕੇ ਰਹੇਗਾ ਜਾਂ ਤਪਤੀਸ਼ ਦੀ ਵੀ ਨਾਲ ਗੱਲਬਾਤ ਚੱਲੇਗੀ ਉਹ ਸਰੂਪ ਗਏ ਤੇ ਗਏ ਕਿੱਥੇ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕਾ ਕਿ ਇਹ ਇਕੱਲਾ ਪਰਚੇ ਨਾਲ ਢੱਡ ਨਹੀਂ ਪਰਣਾ ਇਹ ਦੱਸਣਾ ਪੈਣਾ ਕਿ ਕਿਹਦੇ ਕਹਿਣ ਦੇ ਉੱਤੇ ਕਿਹਨੂੰ ਦਿੱਤੇ ਤੇ ਕਿਉਂ ਦਿੱਤੇ ਇਸੇ ਕਰਕੇ ਮੋਰਚਾ ਲੱਗਿਆ ਜੀ ਨਾਲ ਭਾਈ ਗੁਰਪਾਗ ਸਿੰਘ ਜੀ ਮਰੂੜ ਨੇ ਟਾਡੀ ਸਿੰਘ ਨੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਇਹਨਾਂ ਤੋਂ ਜਾਣਨ ਦਾ ਯਤਨ ਕਰਦੀਆਂ 4 ਤਰੀਕ ਦੇ ਉੱਪਰ ਕੀ ਅਹਿਮ ਰਹਿਣ ਵਾਲਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ 4 ਤਰੀਕ ਆ ਜਿਹੜਾ ਅਸਲ ਦੇ ਵਿੱਚ ਬਹੁਤ ਹੀ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜੇ ਸਾਡੇ ਵਿਰੋਧੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕੀਤੀ ਹੈ ਤੇ ਅਸੀਂ ਆਪਣੇ ਵਿਰੋਧੀ ਤੇ ਆਪਣੇ ਦੁਸ਼ਮਣ ਸਮਝਦੇ ਰਹੇ पर अफसोस ਤੇ ਸਭ ਤੋਂ ਵੱਡਾ ਦੁੱਖ ਉਸ ਟਾਈਮ ਲੱਗਾ ਜਦੋਂ ਸ਼ਰੋਮਣੀ ਕਮੇਟੀ ਨੇ 328 ਸਰੂਪ ਪਤਾ ਨਹੀਂ ਕਿਸੇ ਆਰਐਸਐਸ ਦੇ ਡੇਰੇ ਨੂੰ ਦਿੱਤੇ ਆ ਪਤਾ ਨਹੀਂ ਕਿਸ ਜਗ੍ਹਾ ਤੇ ਲੈ ਗਏ ਕੀ ਕਰ ਰਹੇ ਨੇ ਉਹ ਬਹੁਤ ਵੱਡੇ ਦੁੱਖ ਦੀ ਗੱਲ ਆ ਕਿ 328 ਸਰੂਪ ਸਾਨੂੰ ਅੱਜ ਤੱਕ ਪਤਾ ਨਹੀਂ ਲੱਗ ਰਿਹਾ ਕਿੱਥੇ ਆ ਇਹ 328 ਸਰੂਪਾਂ ਦਾ ਪੁੱਛਣ ਵਾਸਤੇ ਸ਼ਰੋਮਣੀ ਕਮੇਟੀ ਨੂੰ ਕਿਹਨੇ ਦਿੱਤੇ ਆ ਕਿਉਂ ਦਿੱਤੇ ਆ ਤੇ ਕਿਵੇਂ ਦਿੱਤੇ ਆ ਇਹਨਾਂ ਦੀ ਜਿਹੜੀ 328 ਸਰੂਪਾਂ ਦੀ ਨਿਰਾਦਰੀ ਕੇਸ ਦੇ ਇਸ਼ਾਰੇ ਤੇ ਹੋਈ ਆ ਉਹ ਪੁੱਛਣ ਦਾ ਯਤਨ ਕਰਾਂਗੇ ਤੇ ਉਹ 4 ਨਵੰਬਰ 10 ਵਜੇ ਭੰਡਾਰੀ ਪੁਲ ਤੋਂ ਅਕਾਲ ਤਖਤ ਸਰ ਜਿਹੜਾ ਰੋਸ ਮਾਰਚ ਆ ਇਸ ਰੋਮਣੀ ਕਮੇਟੀ ਦੇ ਵਿਰੁੱਧ ਆ ਤੇ ਪੂਰੇ ਖਾਲਸਾ ਪੰਥ ਦਾ ਰੋਸ ਹੈ ਕਿ ਇਸ ਰੋਮਣੀ ਕਮੇਟੀ ਨੂੰ ਦੱਸ ਦੇਣਾ ਚਾਹੀਦਾ ਕਿ ਏਡੀ ਵੱਡੀ ਨਰਾਦਰੀ ਗੁਰੂ ਕ੍ਰਾਂਸੀ ਦੀ ਤੁਸੀਂ ਖੁਦ ਹੀ ਕਿਉਂ ਕੀਤੀ ਆ ਅਜ ਅਕਾਲ ਤਖਤ ਦਾ ਜਥੇਦਾਰ ਵੀ ਚੁੱਪਾ ਪੰਥਕ ਲੀਡਰ ਵੀ ਚੁੱਪਾ ਜੇ ਹੋਰ ਕੋਈ ਨਰਾਦਰੀ ਕਰਦਾ ਸ਼ੈਤ ਸੈਣ ਹੋ ਜਾਂਦਾ ਪਰ ਜਦੋਂ ਸਾਡੇ ਠੇਕੇਦਾਰਾਂ ਨੇ ਕੀਤੀ ਹੈ ਸਾਡੀ ਬਰਦਾਸ਼ਤ ਤੋਂ ਬਾਹਰ ਹੈ ਇਸ ਕਰਕੇ ਸਮੂਹ ਖਾਲਸਾ ਪੰਥ ਨੂੰ ਅਪੀਲ ਹੈ 4 ਨਵੰਬਰ ਨੂੰ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਜਿਹੜਾ ਮਾਰਚ ਆਪਾਂ ਸ਼ੁਰੂ ਕਰਨਾ ਵੱਧ ਤੋਂ ਵੱਧ ਸਿੱਖ ਸੰਗਤਾਂ ਉੱਥੇ ਪਹੁੰਚੋ ਤਾਂ ਕਿ 328 ਰੂਪਾਂ ਦਾ ਆਪਾਂ ਹਿਸਾਬ ਤੇ ਐਡਰੈਸ ਲੈ ਚੁੱਕੀ ਹੈ ਕਿੱਥੇ ਕਿੱਥੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਰੇ ਸਤਕਾਰਯੋਗ ਸਿੰਘ ਸਹਿਬਾਨ ਇੱਥੇ ਖੜੇ ਹੋਏ ਨੇ ਪੰਥਕ ਸ਼ਕਸ਼ੀਤਾ ਨੇ ਸੰਗਤ ਜੀ ਇਹੀ ਤੁਹਾਨੂੰ ਅਪੀਲ ਕਰਨ ਵਾਸਤੇ 4 ਤਰੀਕ ਨੂੰ ਦਿਨ ਸ਼ੁੱਕਰਵਾਰ 10 ਵਜੇ ਦਾ ਟਾਈਮ ਜਿਹੜਾ ਆ ਉਹ ਭੰਡਾਰੀ ਪੁਲ ਤੇ ਰੱਖਿਆ ਗਿਆ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਅਪੀਲ ਸਾਰੇ ਸਿੰਘਾਂ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਡੇ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਨੇ ਉੱਥੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਵੀ ਸਪਸ਼ਟ ਰੂਪ ਦੇ ਅੰਦਰ ਭਾਈ ਖੋਸਾ ਜੀ ਹੁਣਾਂ ਨੇ ਦੱਸਿਆ ਵੀ ਉੱਥੇ ਗੁਰਮਤਾ ਕੀ ਹੁੰਦਾ ਕੀ ਕੁਝ ਵਿਚਾਰਾ ਹੋਣਗੀਆਂ ਉਹ ਤਾਂ ਗੁਰਮਤੇ ਤੋਂ ਬਾਅਦ ਦੇ ਵਿੱਚ ਹੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕੀ ਕੁਝ ਅਹਿਮ ਰਹੇਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਉੱਪਰ ਜੋ ਵੀ ਸਿਆਸਤ ਐਸਜੀਪੀਸੀ ਨੇ ਕੀਤੀ ਜਾਂ ਸਮੇਂ ਦੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਹੈ ਉਹ ਤਾਂ ਗੁਰਮਤਿ ਦੇ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ ਤੁਹਾਡੀਆਂ ਕੀ ਵਿਚਾਰਾਂ ਨੇ ਉਹ ਜਰੂਰ ਕਿਰਪਾ ਕਰਕੇ ਵੀਡੀਓ ਥੱਲੇ ਮੈਂਸ਼ਨ ਕਰਿਆ ਜੀ ਧੰਨਵਾਦ ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ